ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ, ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਆਦਮਪੁਰਾ, ਤਹਿਸੀਲ ਰਾਮਪੁਰਾ ਫੂਲ ਅਤੇ ਜ਼ਿਲ੍ਹਾ ਬਠਿੰਡਾ। ਸਾਹਮਣੇ ਜਿਹੜੀ ਤੁਸੀਂ ਵਹਿੜ ਦੇਖ ਰਹੇ ਹੋ, ਗਾਂ ਸਮਝ ਲਓ ਚਾਹੇ ਵਹਿੜ ਸਮਝ ਲਓ, ਇਹ ਵਿਕਾਊ ਆ ਵੀ ਦੂਜੇ ਸੂਏ ਇਹਨੇ ਸੂਣਾ ਅਤੇ ਹਫ਼ਤਾ ਕੁ ਤਕਰੀਬਨ ਇਹਦੇ ਦਿਨ ਪੂਰੇ ਹੋਣ 'ਚ ਪਿਆ, ਅਤੇ ਬਾਕੀ ਗਰਮੀ ਦੇ ਕਾਰਨ ਕੋਈ ਵੱਧ ਘੱਟ ਵੀ ਹੋ ਸਕਦਾ ਗਾ। ਅਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ, ਅਤੇ ਤੋਰ ਕੇ ਵੀ ਦਿਖਾਵਾਂਗੇ, ਅਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ। ਅਤੇ ਵਪਾਰ ਦਾ ਕੋਈ ਕੰਮ ਨਹੀਂ ਗਾ, ਜਿਵੇਂ ਆਮ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ, ਉੱਦਾਂ ਪਸ਼ੂ ਰੱਖੇ ਹੋਏ ਹੈਗੇ। ਅਤੇ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਕੁਛ ਪਸ਼ੂ ਇੱਧਰ ਆ ਗਏ, ਅਤੇ ਇਹ ਵਿਕਾਊ ਆ ਗਈ। ਅਤੇ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਨਿਰਖ ਪਰਖ ਕਰਕੇ, ਅਤੇ ਆਪਦੀ ਤਸੱਲੀ ਨਾਲ ਅਤੇ ਆਪਦੀ ਜ਼ਿੰਮੇਵਾਰੀ ਨਾਲ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ। ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ, ਅਤੇ ਆ ਜਾਓ, ਤੁਹਾਡਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ, ਅਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਂਦੇ ਹਾਂ ਅਤੇ ਡਿਟੇਲ ਲੈ ਕੇ ਦਿੰਦੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਂ ਦੱਸ ਦਿਓ ਜੀ। ਕਾਲਾ ਜੀ। ਠੀਕ ਹੈ, ਕਾਲਾ ਸਿੰਘ, ਠੀਕ ਹੈ। ਅਤੇ ਬਾਈ, ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਹੈਗੇ, ਆਪਣੇ ਘਰ ਦੂਈ ਇਹ ਨਾ? ਘਰ ਦੀ, ਘਰ ਦੂਜੇ ਸੂਏ ਹੁੰਦੀ ਹੈ। ਦੂਜੇ ਸੂਏ ਸੁਣਾ ਹੈ ਨੇ? ਹਾਂ। ਕਿੰਨੇ ਦਿਨ ਕੱਢਦੀ ਹੈ? ਦਿਨ ਹਫ਼ਤਾ ਤਾਂ ਗਈ ਬਸ। ਇੱਕ ਹਫ਼ਤਾ ਪਿਆ ਹਜੇ? ਠੀਕ ਆ। ਅਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਇਹਨੇ? ਬਸ 18 ਕਿਲੋ ਦਾ, 20 ਕਿਲੋ ਦੇਊਗਾ, ਗਰਮ ਗੁਰਮੇ ਕਰਕੇ ਘੱਟ। ਪਿਛਲੇ ਸੂਏ ਜਾਣੀ 17-18 ਦਿੱਤਾ ਵਾ, ਇਸ ਵਾਰ ਜਾਣੀ 20 ਕੱਢ ਦੂ। ਬਾਕੀ ਗਰਮੀ ਆ ਨਾ, ਗਰਮੀ ਦੇ ਕਾਰਨ ਜਾਣੀ ਕੋਈ ਪਤਾ ਨਹੀਂ ਹੁੰਦਾ, ਬਾਕੀ ਸੇਵਾ 'ਤੇ ਵੀ ਆ ਨਾ। ਠੀਕ ਆ। ਅਤੇ ਜਿਹੜਾ ਟੀਕਾ ਲੱਗਾ ਉਹਦਾ ਤਾਂ ਨਹੀਂ ਕੁਛ ਪਤਾ ਆਪਾਂ ਨੂੰ? ਤੂੰ ਜਾਣੀ ਲੱਗਿਆ ਵਾ ਚੰਗਾ ਹੀ ਆ ਨਾ? ਠੀਕ ਹੈ, ਚੰਗਾ। ਠੀਕ ਆ। ਅਤੇ ਆਪਾਂ ਮੁੱਲ ਕਿੰਨਾ ਰੱਖਿਆ ਇਹਦਾ? ਮੁੱਲ 70,000? ਠੀਕ ਆ, 70,000 ਮੁੱਲ ਆ, ਅਤੇ ਵਿੱਚੋਂ ਮਾੜਾ ਮੋਟਾ ਹੋ ਜੂ, ਹੈ ਨਾ? ਠੀਕ ਹੈ। ਬੋਲੀ ਬਾਈ, ਇੱਕ ਕਰੀ ਇਹਦਾ ਗੇੜਾ ਦਵਾਈ। ਲਓ ਵੀ ਦੋਸਤੋ, ਡਿਟੇਲ ਤਕਰੀਬਨ ਆਪਾਂ ਲੈ ਦਈਏ। ਦੂਜੇ ਸੂਏ ਸੂਣਾ ਅਤੇ ਹਫ਼ਤੇ ਦੀ ਕੱਚੀ ਆ। 17-18 ਲੀਟਰ ਬਾਈ ਕਹਿੰਦਾ ਦੁੱਧ ਦਿੱਤਾ, ਅਤੇ ਇਸ ਵਾਰ 20 ਦੇ ਨੇੜੇ ਦੇ ਦੂ, ਅਤੇ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਆ, ਕਿਉਂਕਿ ਗਰਮੀ ਹੈਗੀ, ਗਰਮੀ 'ਚ ਫਰਕ ਪੈ ਜਾਂਦਾ, ਬਾਕੀ ਸੇਵਾ 'ਤੇ ਵੀ ਹੁੰਦਾ। ਅਤੇ ਫੇਸ ਕੁਆਲਿਟੀ ਦੇਖ ਸਕਦੇ ਹੋ, ਬਾਡੀ ਬਾਂਤਰ ਦੇਖ ਸਕਦੇ ਹੋ, ਵਧੀਆ ਹੈਗੀ, ਪੂਰੀ ਵੇਲ ਦੇ ਵਿੱਚ ਬਹੁਤ ਚੰਗੀ ਹੈਗੀ, ਅਤੇ ਕੱਦ ਵੀ ਠੀਕ ਹੈਗਾ, ਅਤੇ ਬਾਕੀ ਸਮੀ ਵੀ ਚੰਗੀ ਆ, ਕੋਈ ਲੱਸੀ ਨਹੀਂ ਹੈਗੀ ਗੀ। ਅਤੇ ਥਣ ਤੁਸੀਂ ਦੇਖ ਸਕਦੇ ਹੋ, ਆਰਡਰ ਇਹਨੇ ਬਣਾਉਣਾ ਚਾਲੂ ਕਰਤਾ, ਅਤੇ ਥਣ ਬਹੁਤ ਵਧੀਆ ਹੈਗੀ, ਪਸਮਾ ਕਰਕੇ ਹੋਰ ਵਧੀਆ ਨਿਕਲੇ ਆਉਂਦੇ ਹੋਣਗੇ। ਬਾਕੀ ਤੁਸੀਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ, ਬਾਕੀ ਤੁਹਾਨੂੰ ਆਪਾਂ ਦੂਸਰੇ ਪਾਸੇ ਤੋਂ ਵੀ ਦਿਖਾ ਦਿੰਦੇ ਹਾਂ, ਇੱਧਰਲੇ ਪਾਸੇ ਵੀ ਦੇਖ ਸਕਦੇ ਹੋ, ਨਾੜਾਂ ਨੂੜਾਂ ਵੀ ਚੰਗੀਆਂ ਪੂਰੀਆਂ ਵਧੀਆ। ਅਤੇ ਬਾਕੀ ਤਸੱਲੀ ਤੁਸੀਂ ਕਰਨੀ ਆ, ਰੇਟ ਵੀ ਤੁਹਾਨੂੰ ਆਪਾਂ ਦੱਸਤਾ, ਅਤੇ ਥੋੜ੍ਹਾ ਘਣਾ ਇਹਦੇ ਵਿੱਚੋਂ ਮਾਣ ਤਾਣ ਹੋ ਜੂਗਾ। ਅਤੇ ਸੀਮਲ ਚੰਗਾ ਲੱਗਿਆ, ਪਰ ਬਾਈਆਂ ਨੇ ਡਿਟੇਲ ਨਹੀਂ ਸਾਂਭੀ ਉਹਦੀ। ਜਿਹਨੂੰ ਪਸੰਦ ਆਉਂਦੀ ਹੈ, ਤੁਸੀਂ ਆਪਦੀ ਇੱਥੇ ਤਸੱਲੀ ਕਰਕੇ, ਇੱਥੇ ਆ ਕੇ ਪੂਰੀ, ਅਤੇ ਆਪਦੀ ਤਸੱਲੀ ਕਰਕੇ, ਅਤੇ ਤੁਸੀਂ ਖਰੀਦ ਸਕਦੇ ਹੋ। ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਨਾ। ਅਤੇ ਜਿਹੜੇ ਭਰਾ ਚੈਨਲ 'ਤੇ ਨਵੇਂ ਆਏ ਆ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਧੰਨਵਾਦ।